ਦੇ ਵਿੱਚ ਇਹ ਸਾਜ਼ ਆਪਣੇ ਗਿਣੀ ਦੇ ਸਟੇਜ ਤੇ ਆਓ ਜੀ, ਸਿਰਫ ਸਾਜ਼ਿੰਦੇ ਤਬਾਰਕ ਗੁਰੂ ਨੇ ਵੀ ਔਰ ਮੋਹਸਨ ਨੇ ਵੀ ਸਾਜ਼ਿੰਦੇ ਸਟੇਜ ਤੇ ਆ ਜਾਓ, ਮਿਹਰਬਾਨੀ ਕਰਿਆ ਜੀ। ਸਾਜ਼ਿੰਦੇ ਜੀ ਦੇ ਵਿੱਚ ਇਸ ਸਟੇਜ ਤੇ ਆਓ ਜੀ। ਅਮਾ ਬਾਦ ਫੌਜ ਬਿੱਲਾਹੀ ਮਨੇ ਸ਼ੈਤਾਨ ਰਜੀਮ ਬਿਸਮਿਲਲਾਹ ਰਹਿਮਾਨ ਰਹੀਮ। ਤਮਾਮ ਦੂਰ ਨਜ਼ਦੀਕ ਤੋਂ ਆਇਆ ਦੋਸਤਾਂ, ਮਹਿਮਾਨਾਂ, ਮੇਜ਼ਬਾਨਾਂ ਸਾਰਿਆਂ ਦੀ ਮੇਰੀ ਤਰਫੋਂ ਔਰ ਇਸ ਬਸਤੀ ਦੇ ਰਹਿਣ ਵਾਲਿਆਂ ਦੋਸਤਾਂ ਆਪਣੀ ਤਰਫੋਂ ਅਸਲਾਮੁ ਅਲੈਕੁਮ। ਤੁਸਾਂ ਸਾਰਿਆਂ ਕੋ ਆਪੂ ਵੀ ਪਤਾ ਹੈ ਕਿ ਅੱਜ ਦੀ ਤਕਰੀਬ ਸਹੀਦ ਸਾਡਾ ਇੱਕ ਛੋਟਾ ਬਰਾਦਰ, ਬੜਿਆਂ ਲੇਖ ਖਿਆਲਾਂ ਦਾ ਮਾਲਕ, ਉਸਨੇ ਸ਼ਾਦੀ ਖਾਨਾ ਬਾਦੀ ਨੇ ਸਿਰਸੇ, ਜਿਸ ਤਰ੍ਹਾਂ ਨਾਂ ਰਾਜਾ ਇਕਰਾਮ ਹੈ ਜੀ, ਉਸਨੇ ਸ਼ਾਦੀ ਨੇ ਸਿਰਸੇ ਪ੍ਰੋਗਰਾਮ ਨਕਦ ਕੀਤਾ ਗਿਆ ਔਰ ਅੱਜ ਨੇ ਸਾਡੇ ਮਹਿਮਾਨ ਖੁਸੀ, ਸਾਡੇ ਸਟੇਜ ਦੀ ਜ਼ੀਨਾ, ਸਾਡੇ ਸਟੇਜ ਦੀ ਰੌਣਕ, ਬੇਬਹਾ ਮੁਹੱਬਤਾਂ ਨੇ ਮਾਲਕ ਔਰ ਪੰਜਾਬ ਪੁਲਿਸ ਨਾਲ ਤਲਬ ਜੀ ਰਾਜਾ ਜ਼ਫਰ ਫਖਰੇ ਮਾਮਿਆਮ ਜੀ, ਉਹਨਾਂ ਨੇ ਨਾਲ ਕੋਈ ਚੰਦ ਉਹਨਾਂ ਨੇ ਸੰਗ ਸੈਲੀਆਂ ਜਿਹੜੇ ਕੋਟਾ ਥਾਣਾ ਤੋਂ ਤਸ਼ਰੀਫ ਆਵਰੇ, ਜਨਾਬ ਸੁਹੇਲ ਕਿਆਨੀ ਸਾਹਿਬ, ਤਾਇਬ ਸਾਹਿਬ, ਜਮੀਲ ਕਿਆਨੀ ਸਾਹਿਬ, ਉਧਰ ਸਾਡੇ ਭਰਾ ਜੀ ਆਵਾਜ਼ ਪੱਪੂ ਕੌਸਲਰ ਜੀ, ਰਾਜਾ ਸਗੀਰ ਪੰਜਾਬ ਨਾਲ ਇੱਕ ਬਹੁਤ ਬੜਾ ਨਾਂ, ਖਾਦਮੇ ਵਾਲਾ ਜੀ ਮਟੋਰ ਨਾਲ ਉਹਨਾਂ ਨਾਲ ਤਲਕ ਜੀ, ਸਿਆਸੀ ਸਮਾਜੀ ਸ਼ਖਸੀਅਤ ਜੀ ਰਾਜਾ ਬਲਾਲ ਸ਼ੇਰ ਬਹਾਦਰ ਸਾਹਿਬ ਮਟੋਰ ਜੀ, ਰਾਜਾ ਸਕਲੈਨਾ ਮਮਿਆਮ ਜੀ, ਰਾਜਾ ਤੈਰ ਸਾਹਿਬ ਮਟੋਰ ਜੀ, ਮੁਨਸ਼ੀ ਮਨੀਰ ਸਾਹਿਬ ਕਸ਼ਮੀਰ ਤੋਂ ਤਸ਼ਰੀਫਾਵਰ ਜੀ, ਸਰਦਾਰ ਜਾਵਲ ਫਖਰੇ ਕਸ਼ਮੀਰ ਜੀ, ਸਰਦਾਰ ਸ਼ਕੀਰ ਸਾਹਿਬ ਕਸ਼ਮੀਰ ਜੀ, ਰਾਜਾ ਬਲਾਲ ਉਰਫ ਸਾਧ ਜੀ, ਰਾਜਾ ਆਸਮ ਸਦੀਕ ਜੀ, ਆ ਜਾਓ ਆ ਜਾਓ। ਅੱਜ ਨੇ ਇਸ ਤਕਰੀਬੇ ਸ਼ਹੀਦ ਦਾ ਜਿਤਨਾ ਵੀ ਇਹ ਪ੍ਰੋਗਰਾਮ ਨਾਲ ਤਮਾਮ ਹੈ ਜੀ, ਸਾਡੇ ਭਾਈ ਕਿਸੇ ਤਾਰਫ ਨੇ ਮੁਤਾਜ ਨਹੀਂ, ਪੰਜਾਬ ਤੱਕ ਬੜਾ ਇੱਕ ਨਾਂ ਜੀ ਰਾਜਾ, ਜਿਨ੍ਹਾਂ ਦੀ ਜ਼ੇਰੇ ਨਿਗਰਾਨੀ ਅੱਜ ਇਹ ਪ੍ਰੋਗਰਾਮ ਹੋ ਰਿਹਾ, ਰਾਜਾ ਤਬਸਮ ਸਦੀਕ, ਰਾਜਾ ਅੰਜਮ ਸਦੀਕ, ਮੋਹਣਾ ਰਾਜਖਾਨ ਨਾਲ ਤਲਕ ਜੀ, ਰਾਜਾ ਜਮਾਲ ਬਗਲੇ ਨਾਲ ਤਲਕ ਜੀ, ਰਾਜਾ ਇਮਰਾਨ ਉਰ ਭਾ ਜੀ ਮਮਿਆਮ ਨਾਲ ਤਲਕ ਜੀ, ਰਾਜਾ ਕਮਰਾਨ ਮਮਿਆਮ ਨਾਲ ਤਲਕ ਜੀ, ਹਬੀਬੁਰ ਰਹਿਮਾਨ ਕਿਆਨੀ ਸਾਹਿਬ ਸੀ ਪੀ ਓ ਆਫਿਸ ਰਾਵਲ ਪਿੰਡੀ ਚੋਣੇ ਮਾੜੇ ਭਾਂਜੇ ਜੀ, ਸਬ ਇੰਸਪੈਕਟਰ ਨੇ ਡਿਊਟੀ ਜੁਆਇਨ ਕਰ ਰਹੀ, ਉਹਨਾਂ ਨੇ ਛੋਟੇ ਭਾਈ ਜੀ ਅਤੀਕੋ ਰਹਿਮਾਨ ਕਿਆਨੀ ਸਾਹਿਬ ਜਿਹੜੇ ਕਿ ਡੀ ਐਸ ਪੀ ਘੋਟਾ ਨਾਲ ਹੋਣੇ ਜੀ, ਹਫੀਜ਼ੁਰ ਰਹਿਮਾਨ ਕਿਆਨੀ ਪੰਜਾਬ ਪੁਲਿਸ, ਸ਼ਾਹਜਾਨ ਕਿਆਨੀ ਯੂ ਕੇ ਜੀ, ਰਾਜਾ ਰਿਜ਼ਵਾਨ ਆਫ ਬਗਲਾ ਜੀ, ਰਾਜਾ ਮਾਨੂ ਬਗਲਾ ਤੋਕੀਰ ਰਹਿਮਾਨ, ਰਾਜਾ ਨਹਿਮਾਨ, ਰਾਜਾ ਬਲਾਲ ਮੋੜਾ ਜੀ, ਰਾਜਾ ਜਾਸਾ ਮੋੜਾ, ਰਾਜਾ ਕਾਸਮ ਮੋੜਾ, ਰਾਜਾ ਇੱਛਾ ਮੋੜਾ, ਰਾਜਾ ਸ਼ਹਿਜ਼ਾਦ ਢੇਰੀ ਜੀ, ਰਾਜਾ ਅਫਜ਼ਲ ਨੱਕਾ ਜੀ, ਸਕਾਈ ਕੰਮ ਕੇਬਲ ਨਾਲ ਤਲਬ ਜੀ ਫਖਰੇ ਨੱਕਾ, ਰਾਜਾ ਤੈਰ ਸਾਹਿਬ ਜੀ ਪ੍ਰੋਪਰੇਟਰ ਵੀ ਹੈ ਜੀ, ਰਾਜਾ ਤਨਵੀਰ ਢੇਰੀ ਜੀ, ਰਾਜਾ ਸਾਡੇ ਭਾਈਏ ਜੀ ਬੜੀਆਂ ਮੁਹੱਬਤਾਂ ਨੇ ਮਾਲਕ, ਰਾਜਾ ਤਾਰਕ ਕਿਆਨੀ ਬੰਗਲਾ ਰਾਜਗਾਨ ਨਾਲ ਤਲਕ ਜੀ, ਰਾਜਾ ਗੁਲਨਵਾਲ ਮਾਰੂ ਮਟੋਰ, ਰਾਜਾ ਅਸਦ ਮਾਮੂਦ ਮਟੋਰ ਦੀਆਂ ਯਾਦਾਂ ਜੀ, ਰਾਜਾ ਇਮਰਾਨ ਐਂਡ ਰਾਜਾ ਜ਼ਿਆ ਮਟੋਰ ਜੀ, ਰਾਜਾ ਸ਼ੇਰਾਜ ਸਾਹਿਬ ਮਟੋਰ ਜੀ, ਰਾਜਾ ਅਹਿਮਦ ਨਵਾਜ਼ ਕੌਂਸਲਰ ਮੇਰੇ ਬੜੇ ਪਿਆਰੇ ਭਾਈ ਮਟੋਰ ਨਾਲ ਤਲਕ ਜੀ, ਰਾਜਾ ਗੁਲਾਮ ਆਫ ਬਗਲਾ ਜੀ, ਰਾਜਾ ਤਾਲਬ ਬਗਲਾ, ਰਾਜਾ ਦਾਬੀ ਆਫ ਯੂ ਕੇ, ਰਾਜਾ ਮੋਸ, ਰਾਜਾ ਤੈਯਬ ਆਫ ਮਟੋਰ। ਤਾਂ ਦੋਸਤੋ ਅੱਜ ਜਾਣਾ ਤਮਾਸ ਹੈ, ਰਿਕੁਐਸਟ ਹੈ ਇਸ ਬਜ਼ਮੇ ਸਹੀਦ ਖੁਸ਼ੀ ਨੇ ਮੌਕੇ ਤੇ ਇਤਨਾ ਬੜਾ ਇਹਤਮਾਮ ਕੀਤਾ ਕਾਰਾਂ ਲਿਆ, ਇਨਸ਼ਾਅੱਲਾ ਤੁਸੀਂ ਅਗਰ ਕੋਈ ਚੀਜ਼ ਕਿਸੇ ਦੀ ਜ਼ਰੂਰਤ ਹੈ ਤਾਂ ਉਹਨਾਂ ਨਾਲ ਔਰ ਇੰਤਜ਼ਾਮੀਆਂ ਨਾਲ ਤੁਸੀਂ ਮੰਗ ਸਕਦੇ ਹੋ, ਲੇਕਿਨ ਇੱਕ ਮਿਹਰਬਾਨੀ ਕਰਿਆ ਏ ਦੌਰਾਨੇ ਪ੍ਰੋਗਰਾਮ ਇਹ ਕੋਈ ਬੰਦਾ ਜ਼ਿਆਦਾ ਇਤਨੀ ਓਵਰ ਐਕਟਿੰਗ ਨਾਲ ਨਸ਼ੇ 'ਚ ਕਰਿਆ ਏ ਕਿ ਜਿਹੜੀ ਕਿ ਉਹਨਾਂ ਵੀ ਮਜਬੂਰ ਕਰਾਏ, ਕਿਉਂਕਿ ਇੱਥੇ ਥਾਣਾ ਕਲਰ ਸੈਦਾਂ ਤੋਂ ਐਸ ਐਚ ਓ ਸਾਹਿਬ ਨੇ ਵੀ ਬੰਦੇ ਮਾਧੂ ਕੀਤੇ ਗਏ ਜਿਹੜੇ ਸਿਵਲ ਕੱਪੜਿਆਂ 'ਚ, ਔਰ ਘੋਟਾ ਨੇ ਐਸ ਐਚ ਓ ਸਾਹਿਬ ਨੇ ਵੀ ਅਸੀਂ ਸ਼ੁਕਰ ਗੁਜ਼ਾਰ ਹਾਂ ਅਤੇ ਉਹਨਾਂ ਨੇ ਵੀ ਕਾਫੀ ਲਾਭੀ ਤੇ ਪਹੁੰਚ ਚੁੱਕੀ ਹੈ। ਮੈਂ
ਇਹਨਾਂ ਦੋ ਥਾਣਿਆਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਔਰ ਖਾਸ ਕਰੀ ਰਾਜਾ ਤਬਸਮ ਸਾਹਿਬ ਵੀ ਮਸ਼ਕੂਰ ਮਮਨੂਨ ਹੈ ਤੇ ਮਿਹਰਬਾਨੀ ਕਰਿਆ ਹੈ ਔਰ ਜਿੱਦਾਂ ਬੰਦੇ ਬਾਹਰ ਹੋ ਔਰ ਗੱਲ ਝੂਠੀ ਨਹੀਂ ਕਰਨੀ ਇਹ ਪ੍ਰੋਗਰਾਮ ਨੇ ਦਾਏ ਬਾਏ ਸਾਰੇ ਕਾਰੇ ਤੇ ਇਸ ਤਰ੍ਹਾਂ ਖਾਸ ਖਿਆਲ ਰੱਖੋ ਕੋਈ ਐਸੀ ਬਦਮਜ਼ ਵੀ ਨਹੀਂ ਫੈਲਾਣੀ ਜਿਹਦੀ ਪ੍ਰੋਗਰਾਮ ਨਹੀਂ ਖਰਾਬੀ ਹੋਏ ਇਨਸ਼ਾਅੱਲਾ ਬਾ ਫਜ਼ਲੇ ਖੁਦਾ ਮੈਂ 5 ਤਾਰੀਖ ਖਰਾਣੀ ਨੇ ਮਕਾਮ ਦਾ ਇੱਕ ਐਲਾਨ ਕੀਤਾ ਸੀ ਇਸ ਪ੍ਰੋਗਰਾਮ ਦੇ ਮੁਤਾਬਕ ਅੱਜ ਨੇ ਜਿਹੜੇ ਸ਼ੇਖਵਾਨ ਤੁਹਾਡੇ ਸਾਹਮਣੇ ਫਨ ਮੁਜ਼ਾਹਰਾ ਕਰਸਾਂ ਕਿਸੇ ਤਾਰਫ ਨੇ ਮੁਤਾਜ ਨਹੀਂ ਮੇਰਾ ਬੜਾ ਹੀ ਪਿਆਰਾ ਅਜ਼ੀਜ਼ ਜਿਸ ਉਸਤਾਦ ਦਾ ਸ਼ਾਗਿਰਦ ਹੈ ਮੇਰਾ ਬੜਾ ਕਦਰਦਾਨ ਰਾਜਾ ਨਦੀਮ ਅਫਜਾਦਰੀ ਬਹੁਤ ਬੜਾ ਇੱਕ ਸ਼ੇਰਖਵਾਨੀ ਫਾਨਾ ਬਹੁਤ ਬੜਾ ਇੱਕ ਨਾਂ ਉਹਨਾਂ ਨੇ ਸ਼ਾਗਿਰ ਰਾਜਾ ਮੋਸਰ ਸਾਹਿਬ ਜਿਹੜੇ ਜਾਦਰੀ ਨਾਲ ਤਲਕ ਰੱਖਣੇ ਕਿਸੇ ਤਾਰਫ ਨੇ ਮੁਤਾਜ ਨਹੀਂ ਪੰਜਾਬ ਪੁਲਿਸ ਨਾਲ ਤਲਕ ਜੀ ਹਵਾਲਦਾਰ ਸਾਹਿਬ ਥਾਣਾ ਰਵਾਤ ਦੀ ਡਿਊਟੀ ਜੁਆਇਨ ਕਰਨੇ ਪਏ ਜੀ ਔਰ ਬੇਵਾਹ ਮਸ਼ਕੂਰ ਆ ਮੋਸਰ ਸਾਹਿਬ ਨਾਲ ਕਿ ਮੈਂ ਉਹਨਾਂ ਕੀ ਫੋਨ ਕੀਤਾ ਬਲਾ ਚੀਜ਼ ਬਲਾ ਕਿਸੇ ਵਜ੍ਹਾ ਤੋਂ ਮੈਂ ਮੇਰੇ ਕੋਲ ਅਲਫਾਜ਼ ਨਹੀਂ ਮੈਂ ਉਹਨਾਂ ਨੂੰ ਸ਼ੁਕਰੀਆ ਅਦਾ ਕਰ ਸਕਾਂ ਕਿ ਉਹ ਜਨਾਬ ਅੱਜ ਇਸ ਮਹਿਫਲ ਵਿੱਚ ਆ ਗਏ ਔਰ ਇਨਸ਼ਾਅੱਲਾ ਤੁਸਾਂ ਕੀ ਆਪਣੇ ਫਨ ਤੋਂ ਬੜਾ ਹੀ ਮਹਿਸੂਸ ਕਰ ਸਕਣ ਦੂਸਰਾ ਮੇਰਾ ਬਰਖਰਦਾਰ ਯਾਦੇ ਗੁਲਫਾਮ ਰਾਜੇ ਗੁਲਫਾਮ ਸਾਹਿਬ ਨੇ ਸ਼ਾਗਿਰਦ ਸ਼ਹਿਜ਼ਾਦਾ ਕਸ਼ਮੀਰ ਔਰ ਮੈਂ ਇਸ ਬੱਚੇ ਕੀ ਖਰਾਜੇ ਤਹਿਸੀਨ ਪੇਸ਼ ਕਰਨਾ ਕਿ ਬੜੀ ਕਮ ਉਮਰ ਬੜੀ ਅੱਛੀ ਸੁਖਨਾ ਨਾ ਮਾਲਕ ਬੜੀ ਗੁਰਸੁਰ ਨਾ ਮਾਲਕ ਔਰ ਬੜਾ ਜ਼ੀਸ਼ਾਨ ਬੱਚਾ ਹੈ ਔਰ ਬੇਬਹਾ ਮਹਿਫਲਾਂ ਕੀਤੀਆਂ ਔਰ ਅੱਛੇ ਰੰਗ ਵਿੱਚ ਅੱਜ ਤੁਸਾਂ ਕੀ ਇਹ ਮਹਿਫਲ ਸੁਣਾ ਸੀ ਚੌਧਰੀ ਤੁਬਾਰਕ ਸਾਹਿਬ ਜਿਹੜੇ ਕਿਸੇ ਤਾਰਫ ਨੇ ਮੁਤਾਜ ਨਹੀਂ ਮਾੜੇ ਸੰਗੀਏ ਜੀ ਕਲੋੜ ਨਾਲ ਤਲਕ ਰਾਜਾ ਕਮੀਜ਼ ਸਾਹਿਬ ਬਾਬੂ ਜਿਹੜੇ ਕਿ ਸੈਂਸ ਕਾਲਜ ਕਲਰਕ ਦੀ ਡਿਊਟੀ ਜੁਆਇਨ ਕਰਨੇ ਅੱਜ ਨੇ ਇਹ ਜਿੱਦਾਂ ਵੀ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਇਹ ਆਤਮ ਸਾਊਂਡ ਸਰਵਿਸ ਕਲਰ ਸੈਦਾਂ ਜਿਸ ਨੇ ਪ੍ਰੋਪਰੇਟਰ ਹੈ ਜੀ ਰਾਜਾ ਇਖਲਾਕ ਪਾਠ ਸਾਹਿਬ ਸਾਡੇ ਭਾਈ ਸਾਡੇ ਬੜੇ ਪਿਆਰੇ ਸੰਗੀ ਕੈਮਰਾਮੈਨ ਪੱਪੀ ਸਾਹਿਬ ਇੱਧਰ ਸਾਡਾ ਜਿਹੜਾ ਬਰਖਰਦਾਰ ਆਪਰੇਟ ਕਰ ਰਿਹਾ ਇਸ ਸਾਊਂਡ ਕੀ ਸਰਫਰਾਜ਼ ਸਾਹਿਬ ਹੈ ਇਨਸ਼ਾਅੱਲਾ ਇਹ ਤੁਹਾਡੇ ਤੱਕ ਜਿਤਨੀ ਆਵਾਜ਼ ਪਹੁੰਚਣੀ ਪਈ ਇਹ ਇਹਨਾਂ ਲਈ ਵਿਸਾਸਤ ਨਾਲ ਹੈ ਦੋ ਚਾਰ ਸ਼ੇਰ ਦੋਸਤਾਂ ਨੇ ਨਜ਼ਰ ਕਰਸਾਂ ਔਰ ਕੋਸ਼ਿਸ਼ ਕਰਸਾਂ ਕਿ ਜਿਹੜੇ ਸ਼ੇਰ ਤੁਸਾਂ ਕੀ ਸੁਣਾਏ ਜਾਣ ਇਸ ਤੋਂ ਪਹਿਲੇ ਕਿਸੇ ਬਜ਼ਮ ਵਿੱਚ ਪੇਸ਼ ਨਾ ਹੋਇਆ ਇੰਤਾ ਕੋਸ਼ਿਸ਼ ਕਰਸਾਂ ਇਨਸ਼ਾਅੱਲਾ ਤੋ ਮੇਰਾ ਇਹ ਇੱਕ ਵਜ਼ੀਫਾ ਵੀ ਹੈ ਮੈਂ ਆਪਣੇ ਮੁਸ਼ਤੇ ਪਾਕ ਸਰਕਾਰ ਸਾਈਂ ਫਿਆਜ਼ ਵੀਰਾਨ ਸਰਕਾਰ ਨੇ ਸ਼ੇਰ ਤੋਂ ਆਗਾਜ਼ ਕਰਨਾ ਹੋਣਾ ਉਸ ਤੋਂ ਬਾਅਦ ਥੋੜ੍ਹੇ ਜਿਹੇ ਖੁੱਲ੍ਹੇ ਮੈਦਾਨੇ ਜਾ ਸਾਂ ਇੱਕ ਜ਼ਿਮਾ ਨੇ ਨਾ ਦਨਾ ਉਸਨੇ ਵੀ ਇੱਕ ਫਰਮਾਇਸ਼ ਹੈ ਦੋ ਤਰੇ ਸ਼ੇਰ ਨਾਤੀਆ ਜਿਹੜੇ ਮਾਸਟਰ ਇਖਲਾਕ ਆਦਰ ਸਾਹਿਬ ਜੀ ਨਾਲ ਤਲਕ ਇਲਾਕਾ ਮਟੋਰ ਨਾਲ ਹੈ ਮੇਰੇ ਬੜੇ ਚੰਗੇ ਜੇ ਭਾਈ ਹੈ ਉਹ ਵੀ ਸੋਨੇ ਨਜ਼ਰ ਕਰਸਾਂ ਉਸ ਤੋਂ ਬਾਅਦ ਇਜਰੋ ਫਰਾਕ ਨੇ ਦੋ ਚਾਰ ਸ਼ੇਰ ਪੇਸ਼ ਕਰਸਾਂ ਕੋਈ ਫਰਮਾਇਸ਼ਾਂ ਹੋਈਆਂ ਲੇਕਿਨ ਉਹ ਜਿਹੜੇ ਕਰੇ ਵਕਫਾ ਚਾਹਨਾ ਉਸੀ ਇਨਸ਼ਾਅੱਲਾ ਉਹ ਦੋਸਤਾਂ ਦੀਆਂ ਮੈਂ ਪੂਰੀਆਂ ਕਰ ਸਕਸਾਂ ਹੈਲੋ ਦੋ ਪਲੇਟਾਂ ਖਾਲੀ ਦਿਓ ਤੇ ਦੋ ਪਲੇਟਾਂ ਚੀਨੀ ਲੂਣ ਮਿਕਸ ਕਰੀ ਦੇ ਦਿਓ ਕੁਝ ਦੇਰ ਤੋਂ ਬਾਅਦ ਸਾਡੇ ਦੋਸਤ ਮਹਿਮਾਨ ਤਸ਼ਰੀਫ ਲਾਣੇ ਵਾਲੇ ਜਿਸੀ ਇਰਫਾਨ ਸਰਵਰ ਥਵਾ ਲੰਬਰਦਾਰ ਅਰਸ਼ਦ ਆਫਬੰਗ ਔਰ ਫਖਰੇ ਲੈੜੀ ਰਾਜਾ ਕਮਰ ਸਾਲਾ ਭਾਈ ਕੁਝ ਦੇਰ ਤੋਂ ਬਾਅਦ ਉਹ ਵੀ ਇਨਸ਼ਾਅੱਲਾ ਪੰਡਾਲ ਹੀ ਪਹੁੰਚ ਜਾ ਸਨ ਜੀ ਸ਼ੇਰ ਆਗਾਜ਼ ਹੈ ਜੀ ਕਿ ਖਿਦਮਤ ਜਨਾਬ ਮੈਂ ਹੂੰ ਹਾਜ਼ਰ ਮੈਂ ਬੇਅਦਬ ਨਹੀਂ ਤਰਫੋਂ ਅਦਾਬ ਹੋ ਜਾਏ
فن سوالی کے پہ سوال کر سا نظر کرم بسکار سواب ہو جائے میرے آل کا رحم دامی برسے یا پھر صاف انکار جواب ہو جائے کھڑا رہوں آیا جاؤں ویران واپس میرے واسطے حکم جناب ہو جائے پاپا گلاری تک بیٹھے پر ماڑا ایک عزیز ہے شہ تو پہنچے نہیں اور پلوٹ والے دوستوں مشکور ممنون پنالے والے اتھا دلیا گرائیاں تو مشکور ممنون اور سارے کی سلام پیش کرنا ایجاد صاحب پلوٹ تو تشریف آور ہونے والے جی نادیا زمان ہے جی ماسٹر اخلاق آدر سرکار مٹور والے نکل اٹھی بھائی کہڑی گل لکھنی پی روزے روشن سحر نہ روپ تک سے لمبی رات تجران دا غم نہ کر آسی چمن جرو تبار مڑ کے دل ویران خفقان دا غم نہ کر دل صدق کا نور آباد ہو سی پہلو ہوئے نقصان دا غم نہ کر بے مثال اس آدر جانان باجوں کسے اور جانان دا غم نہ کر غور کر سے تبارک آسان رکھ رحیم دے رحم اتے وقتی مشکل حالات دا غم نہ کر اس دے رحم تو کچھ بھی دور نہیں ہے ٹال دے سی افات دا غم نہ کر کرنی اس کریم سویر ایک دن تھوڑی دیر رہ رات دا غم نہ کر عادل سکھ رحمان عطا کر سی نہ کر کسی بھی بات دا غم نہ کر دلا میرے قائم رو توبہ اتے گزر گئی زندگانی دا غم نہ کر اب تک عشق آباد کرتا اس وقتی ویرانی دا غم نہ کر خزاں وچ ہزار بہار مخفی فانی حسن جوانی دا غم نہ کر جیویں یار آکھے عادل مانے آکھا ہجر قرب قربانی دا غم نہ کر اگے جانے جی اجار فراق تے مجاز او کم ہویا سی راجے تبسم صاحب نے طرفوں کے شیر پرانا نہیں پیش کرنا کوشش کرنا میں کہ شیر نویں اور میرا ایک دوست ہے آج کل جنونی حالات مبتلا ہے لالا جی گلا جی ظہور مالی خیرنی سنوٹ نال سرکار نال تعلق ہے متباد کھل گیا دل میرا پایا کیا سرور میں نشے بچا اٹھا یار اج بولیا نال میرے وہ ہویا ماں قصور میں نشے بچا جام سالر شراب دی لوڑ نائی لے جا میرے تو دور میں نشے بچا مالی میرا پیار ار جیت گیا گیا ٹوٹ غرور میں نشے بچا میرے نال اج رل کے سب سنگی گیت خوشی دے گاؤ میں نشے بچا راجا کو سینانو بے پتا و میرے سامنے آؤ میں نشے بچا سونے یار پیار دی لاج پالی اے اعلان کراؤ میں نشے بچا باجا ٹول کی تے مالی ستار لے کے وزارا ساتھ بجاؤ میں نشے بچا تیرے پنڈ دے لوکاں نے دسے آئے تیرے پنڈ دے لوکاں نے دسے آئے چلی کملی ایک تیرے گراں مر گئی جس تھا تو تتی نو چھوڑیا سی وفادار نکلی اسے تھا مر گئی تیرے دردان دی تو پنو لا سی نے کر کے رات اس دنیا دی چھا مر گئی مالی دردان نے ماری بے حال کر کے وہ لیندی نبا ہوتے تیرا نام مر گئی تو سرکار اگر ایک فرمانے تھے ایک سوسی فرمیش ہے بغلا رجگان نے سارے دوستانی طرفوں پر خصوص تارک کیانی صاحب نی طرفوں
माली सरकार ने के फुला गुलाब ने उजड़ जा से फुला गुलाब ने उजड़ जा से इन्ना जालम खिजावा ना संग ना कर पन के गैर ते गैरा ने लग या के दिना सादिया नाल तू जंग ना कर चेड़े उड़दे हो टेंडे जमीन उते उच्चा उड़न दी आड़ी यू मंग ना कर तेनु लाड़ा दे नाल जिस पाले आई मैं माली तो माली की तंग ना कर अल्लाह ना करे खिजा आवे ओ तेरी किस्मत बारा नाल भरी होई है तेरा महकदा हुसन महताब वांगू रग रग शरारा नाल भरी होई है तेरी अखियां जू डुलदा शराब तक तेरी गली में हारा नाल भरी होई है वो जाके गैरा ने माली इलाज ना कर तेरी बस्ती बीमारा नाल भरी होई है बिला ताखीर सब तू पहले मैं फखरे पटवार मेरे पहले शेरखान राजा मोहसन अफ जात्री की स्टेज पर दावा देना जी भरपूर तालियां नाल इस दोस्त का इस्तकबाल करना राजा मोहसन साहब पंजाब पुलिस नाल तलक जी मोहसन तालियां बजाओ भरपूर तरीके नाल बिस्मिल्लाह जी काशी साहब उन्होंने नाल नाल आ रहे जी ये भी पंजाब पुलिस नाल इन्हां नाल भी तल्लक है जी बिस्मिल्लाह जी मोस्ट वेलकम मेरा दूसरा शेरखान शहजादा कश्मीर चौधरी तबारक साहब स्टेज पे आ जाओ भरपूर तालियां जी हुण मैं बिला ताखीर मैं इन्होंने हवाले करना और इंशाल्लाह जिस वक्त को वफा आया कोशिश कर सब दो चार रुपया जड़िया मेरे को मौके की मुनासबत सुनाई सके इन दो भ्राओं के माड़ी रिक्वेस्ट ही प्रोग्राम पटवारी चोने आए होने रह सन करने आए हो ऐसी एक तारीख रकम कर जानी राजे तबसम सदीक साहब ना हुक्म है सोनी नशाई और मिठी लहज आमदर नाथ ने रुपया पेश करनिया अगे भी जाके अपना फनी मुजहरा पेश करना और एक तारीखी प्रोग्राम रकम कर जाना ताकि कुछ अरसा इस नाल ज्यादा वो वाबस्ता रहे बड़ा अच्छा प्रोग्राम पंजी तारीख जड़ा होया खरानी ने मकाम तय बड़ी टसरबाजी भी हुई और बाखुदा बड़े अरसे तो बाद एक यादगार प्रोग्राम सुनने जाया तो इंशाल्लाह ये भी दोस्त जड़े दोए इंशाल्लाह इंशाल्लाह मैं उम्मीद रखना कि साड़ियाँ उम्मीदों पर पूरा उतर सन और तुसां भी बिल्कुल खुश कर सब तुसां ने रात रह कहा नहीं जान लगे फिर मान अल्लाह दोस्तों जो गलती गुस्ताखी हुई तो बंदे की तरफों बात रात तो मैं हूँ स्टेज मोहसन साहब ने वादा करना लो जी बिस्मिल्लाह اعوذ باللہ من الشیطان الرجیم بسم اللہ الرحمن الرحیم جتنے بھی دوست آج اس محفل میں موجود ہو سارے کی میری طرفوں اور میری اس پارٹی کی طرفوں السلام علیکم ورحمۃ اللہ وبرکاتہ بعد السلام دوستو آج کی جڑی تقریب شہید ہے ساڑھے بھائی جناب راجا اکرام صاحب نے شادی خانہ آبادی نے سلسلے پروگرام منعقد ہوا بالخصوص ساڑھے قابل احترام جناب الفت سامر صاحب انہوں نے کاوش نال اج یہ محفل طے کی گئی تے اساں تساں دی خدمت وچ حاضر ہوئے ہاں دیگر جڑے دوست اس پروگرام نال جناب دعوت کیتا جناب راجا غفور صاحب ممیاب نام تلک پنجاب پولیس اور راجا تبسم صدیق صاحب راجا قاسم صدیق راجا احم صدیق اور راجا صغیر صاحب آف مٹور انہیں نے چاہتا بالخصوص
ਜਿਹੜੇ ਦੋਸਤ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਦੀ ਇਸ ਮਹਿਫਲ ਵਿੱਚ ਸ਼ਾਮਲ ਹੋਏ, ਜਨਾਬ ਵਾਜਵਾਲ ਕਰਦਾ ਜਨਾਬ ਰਾਜਾ ਸਦਰ ਸਾਹਿਬ ਨਾਰਾ ਮਟੋਰ ਪਰੂਠੀ ਦੂਤ ਸ਼੍ਰੀ ਵਰਮਾ ਹੋਏ, ਮੈਂ ਖੁਸ਼ ਹਮਦੇਦ ਆਉਣਾ ਉਹਨਾਂ ਕੀ। ਰਾਜਾ ਰਮਨਵਾਲ ਸਾਹਿਬ ਲੋਹਣੀ ਬਲਦਾਰਾ ਦੂਤ ਸ਼੍ਰੀ ਵਰਮਾ ਹੋਏ, ਚੌਧਰੀ ਮਹਿਮੂਦ ਸਾਹਿਬ ਚੌਕ ਮੰਡੋੜੀ ਔਰ ਨਵਾਦਸ਼ ਕਿਆਨੀ ਸਾਹਿਬ ਮਮਿਆਮ ਔਰ ਰਾਜਾ ਯਾਸਿਰ ਸਾਹਿਬ ਜੰਡੀ ਨਦਲ। ਮੈਂ ਮਸ਼ਕੂਰ ਇਹਨਾਂ ਦੋਸਤਾਂ ਨਾਲ ਕਿ ਇਹਨਾਂ ਕੀਮਤੀ ਟਾਈਮ ਕੱਢਿਆ ਔਰ ਸਾਡੀ ਇਸ ਬਦਮ ਵਿੱਚ ਆਏ। ਮੇਰੇ ਨਾਲ ਸਾਥੀ ਸ਼ਿਰਫਾਨ ਚੌਧਰੀ ਤਬਾਰਕ ਸਾਹਿਬ, ਇਹ ਵੀ ਕਿਸੇ ਤਾਰਫ ਨੇ ਮੁਦਾਜ ਨਹੀਂ। ਕੋਸ਼ਿਸ਼ ਕਰਸਾਂ ਕਿ ਜਿੰਨੀ ਵੀ ਦੇਰ ਤੁਸਾਂ ਦੋਸਤਾਂ ਦੇ ਦਰਮਿਆਨ ਆ, ਇਨਸ਼ਾਅੱਲਾ ਤੁਸਾਂ ਕੀ ਅੱਛੀ ਮਹਿਫਲ ਸੁਣਾ ਸਾਂ। ਜਿਸ ਤਰ੍ਹਾਂ ਕਿ ਤੁਸਾਂ ਤਵੱਕੋ ਕੀਤੀ ਹੈ, ਅਗਰ ਮੇਰੇ ਅੱਲਾ ਕੀ ਮਨਜ਼ੂਰ ਹੋਇਆ, ਬੰਦਾ ਕੋਈ ਬੜੀ ਗੱਲ ਤਾਂ ਨਹੀਂ ਕਰੀ ਸਕਣਾ, ਲੇਕਿਨ ਕੋਸ਼ਿਸ਼ ਕਰਸਾਂ ਕਿ ਜਿੰਨੀ ਮੁਹੱਬਤ ਨਾਲ ਤੁਸਾਂ ਦੋਸਤਾਂ ਅਸਾਂ ਕੀ ਯਾਦ ਕੀਤਾ, ਅਸਾਂ ਦੋਸਤਾਂ ਨੇ ਮਿਆਰ ਦਾ ਪੂਰੇ ਉਤਰੀਏ। ਬੰਦਾ ਉਤਨੀ ਗੱਲ ਕਰਨਾ ਜਿਤਨੀ ਉਸਨੇ ਜ਼ਹਿਨੀ ਰਸਾਈ ਹੋਣੀ, ਨਾ ਹੀ ਸ਼ਰਫਾਨਾ ਔਰ ਨਾ ਹੀ ਸ਼ਰਫਾਨੀ ਦਾ ਦਾਵਾ, ਇੱਕ ਅਦਨਾ ਜਿਹਾ ਇਨਸਾਨ ਆ, ਸ਼ੋਕ ਦਾ ਕੈਫਨ ਮਹਿਦੂਦ ਹੈ। ਕੋਸ਼ਿਸ਼ ਕਰਸਾਂ ਕਿ ਤੁਸਾਂ ਆਪਣਾ ਆਪ ਖੁਸ਼ ਕਰਾਂ। ਮੈਂ ਨਾਲੋਂ ਹਰ ਕੋ ਬਿਹਤਰ, ਮੀਆਂ ਸਾਹਿਬ ਫਰਮਾਇਆ ਕਿ ਮੈਂ ਨਾਲੋਂ ਹਰ ਕੋ ਬਿਹਤਰ, ਮੈਂ ਹਨੀ ਅਜਾਣਾ, ਥੋੜ੍ਹਾ ਬਹੁਤ ਸ਼ੇਰ ਸੋਹਣ ਦਾ ਘਾਟਾ ਵਾਦ ਜਾਣਾ। ਕੋਸ਼ਿਸ਼ ਕਰਸਾਂ ਕਿ ਤੁਸਾਂ ਆਪਣਾ ਆਪ ਖੁਸ਼ ਕਰਾਂ। ਤੁਸਾਂ ਵੀ ਕੋਸ਼ਿਸ਼ ਕਰਿਆ ਕਿ ਜਿਸਾਂ ਪਿਆਰ ਮੁਹੱਬਤ ਨਾਲ ਇਸ ਖੁਸ਼ੀ ਦੀ ਮਹਿਫਲ ਵਿੱਚ ਸ਼ਾਮਲ ਹੋਏ ਹੋ, ਇਸੇ ਤਰ੍ਹਾਂ ਵਾਪਸ ਜਾਓ। ਹੁਣ ਇੱਕ ਦਫ਼ਾ ਸਾਰੇ ਦੋਸਤ ਹਜ਼ੂਰ ਆਕਾ ਨਾਮੁਦਾਰ ਤਾਜਦਾਰੇ ਮਦੀਨਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨਾਲ ਬੁਲੰਦ ਆਵਾਜ਼ ਨਾਲ ਕਲਮਾ ਪੜ੍ਹੋ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਲਾ ਇਲਾਹਾ ਇੱਲੱਲਾਹੁ ਮੁਹੰਮਦ ਰਸੂਲੁੱਲਾਹ। ਇਸ ਤੋਂ ਬਾਅਦ ਇਹ ਦੋਸਤ ਥੋੜ੍ਹੀ ਜਿਹੀ ਦੇਰ ਤੁਸੀਂ ਸਾਥ ਸੁਣਾ ਸਕ, ਇਸ ਤੋਂ ਬਾਅਦ ਮੈਂ ਆਪਣੇ ਸ਼ਰਮਾਣੀ ਬਿਸਮਿਲ੍ਲਾਹ ਜੀ।
तबसम साहब तो मादर चासा माड़े पाइए पखर ना तलक चौधरी अमर साहब बेबा मुक्ता ने मालक और सरदार जावर साहब और उन्होंने जितने संघ सहलियां मेरी तरफ बेबा मुक्ता बेबा प्यार और चौधरी अमर साहब तू फिर मादर चासा बहुत प्यारा संगिया पंजाब में एक बहुत बड़ा नाम है जावर साहब कश्मीर का एक बहुत बड़ा शहजादा और किंग है तो मैं मादरत इस चीज चाहना के बस जैन तू कोई गल नहीं जानी तो बहुत बहुत दो भाव मादरत चासा खास कर चौधरी अमर साहब को हेलो जी सदा सदा हथ आंदा नहीं
सदा सदा हाथ आंदा नहीं ये कर्मा दा वेला अल्लाह जाने नाल सबब दे कद उसी उड़ मेला बड़े मशकूर जनाब भाई तबसम साहब ने जिन्ना असी इस बजम में जान का मौका दिता सारे बदरम जनाब राजा अहमद फराज जंजुआ साहब जी का तलक बगला राजगान डाला नायक शुक्रगुजार हाँ जनाब उलफुत सामर साहब सरकार का बंदा कल उठे तक ही करना होना जिथे तक उसने जहन या वजूद कम करना होना रैसा माशाल्लाह बहुत ही अच्छे फनकार हैं मैं भी कोशिश कर सके इन्होंने लाल लाल तुसों की कुछ चंगी गल सुना क्योंकि लगातार आई दूसरी तीसरी महफली कोशिश जरूर कर सा कि तुस असल की माजोज कर जी हो जी I'm
ابتدائی محفل تو بعد حمد رب قدوس اس مالک کلی تعریف جس نے قبضہ قدرت وچ ہر ایک جاندار چیز دی روح ہے شاید جناب استاد نے استاد سید فیاض میران صاحب سرکار ایک مقام پہ اظہار خیال کر دیں لکھنا لکھا سرکار کو لکھا سارے خیال کر رہے ہیں